ਐਨਆਰਆਈ ਟੀਵੀ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਸਵਾਗਤ ਹੈ ਤੁਹਾਡਾ ਕੈਨੇਡੀਅਨ ਮੀਡੀਆ ਦਾ ਐਨਆਰਆਈ ਟੀਵੀ ਤੇ। ਪੇਸ਼ ਹਨ ਅੱਜ ਦੀਆਂ ਟੌਪ 5 ਖਬਰਾਂ ਜਿਨ੍ਹਾਂ ਤੇ ਰਹੇਗੀ ਤੁਹਾਡੀ ਨਜ਼ਰ। ਕਾਂਗਰਸੀ ਨੇਤਾ ਸ਼ਸ਼ੀ ਥਰੂਰ ਦਾ ਬਿਆਨ, ਜੇ ਭਾਜਪਾ 2019 ਵਿੱਚ ਜਿੱਤੀ ਤਾਂ ਭਾਰਤ ਬਣ ਜਾਵੇਗਾ ਹਿੰਦੂ ਪਾਕਿਸਤਾਨ। ਕਾਂਗਰਸ ਦੇ ਸੀਨੀਅਰ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਬੀਜੇਪੀ ਉੱਤੇ ਇੱਕ ਵੱਡਾ ਹਮਲਾ ਕੀਤਾ ਹੈ। ਸ਼ਸ਼ੀ ਥਰੂਰ ਨੇ ਕਿਹਾ ਕਿ ਜੇ ਬੀਜੇਪੀ 2019 ਦੇ ਲੋਕ ਸਭਾ ਚੋਣਾਂ ਜਿੱਤਦੀ ਹੈ ਤਾਂ ਭਾਜਪਾ ਭਾਰਤ ਨੂੰ ਹਿੰਦੂ ਪਾਕਿਸਤਾਨ ਬਣਾਉਣ ਦੇ ਹਾਲਾਤ ਪੈਦਾ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਬੀਜੇਪੀ ਅਜਿਹਾ ਸੰਵਿਧਾਨ ਬਣਾਵੇਗੀ ਜਿਸ ਵਿੱਚ ਘੱਟ ਗਿਣਤੀ ਦੇ ਲੋਕਾਂ ਦਾ ਕੋਈ ਵੀ ਆਦਰ ਸਤਿਕਾਰ ਨਹੀਂ ਹੋਵੇਗਾ। ਫੁੱਟਬਾਲ ਵਰਲਡ ਕੱਪ ਵਿੱਚ ਕਰੋਸ਼ੀਆ ਨੇ ਰਚਿਆ ਇਤਿਹਾਸ, ਇੰਗਲੈਂਡ ਨੂੰ ਹਰਾ ਕੇ ਪਹਿਲੀ ਵਾਰ ਪਹੁੰਚੇ ਫਾਈਨਲ ਵਿੱਚ। ਫੁੱਟਬਾਲ ਵਰਲਡ ਕੱਪ ਵਿੱਚ ਬੁੱਧਵਾਰ ਨੂੰ ਖੇਡੇ ਗਏ ਦੂਜੇ ਸੈਮੀਫਾਈਨਲ ਵਿੱਚ ਕਰੋਸ਼ੀਆ ਨੇ ਇੰਗਲੈਂਡ ਨੂੰ 2-1 ਨਾਲ ਹਰਾਇਆ ਹੈ। ਇਸ ਜਿੱਤ ਨਾਲ ਉਸਨੇ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਹੁਣ ਐਤਵਾਰ ਨੂੰ ਫਾਈਨਲ ਵਿੱਚ 1998 ਦੇ ਜੇਤੂ ਫਰਾਂਸ ਦਾ ਸਾਹਮਣਾ ਕਰੋਸ਼ੀਆ ਦੇ ਨਾਲ ਹੋਵੇਗਾ। ਇਸ ਦੇ ਨਾਲ ਹੀ ਤੀਜੇ ਸਥਾਨ ਲਈ ਇੰਗਲੈਂਡ ਸ਼ਨੀਵਾਰ ਨੂੰ ਬੈਲਜੀਅਮ ਨਾਲ ਭਿੜੇਗਾ। ਮਨੀਪੁਰ ਵਿੱਚ ਜ਼ਮੀਨ ਖਿਸਕਣ ਨਾਲ 11 ਲੋਕਾਂ ਦੀ ਮੌਤ, 5 ਨਾਬਾਲਗਾਂ ਸਮੇਤ 7 ਜ਼ਖਮੀ। ਮਨੀਪੁਰ ਦੇ ਤੇਮਲਾਂਗ ਸ਼ਹਿਰ ਵਿੱਚ 3 ਸਥਾਨਾਂ ਵਿੱਚ ਭਾਰੀ ਮੀਂਹ ਦੇ ਚੱਲਦੇ ਜ਼ਮੀਨ ਖਿਸਕਣ ਨਾਲ 11 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਵਿੱਚ 5 ਨਾਬਾਲਗਾਂ ਸਮੇਤ 7 ਜਣੇ ਜ਼ਖਮੀ ਹੋਏ ਹਨ। ਪੁਲਿਸ ਨੇ ਦੱਸਿਆ ਕਿ ਜ਼ਮੀਨ ਖਿਸਕਣ ਦੀ ਘਟਨਾ ਦੇਰ ਰਾਤ ਨੂੰ 2:30 ਵਜੇ ਵਾਪਰੀ। ਮਨੀਪੁਰ ਦੇ ਮੁੱਖ ਮੰਤਰੀ ਐਨ ਬੀਰਨ ਸਿੰਘ ਨੇ ਦੱਸਿਆ ਕਿ ਬਚਾਓ ਦਲ ਮੌਕੇ ਤੇ ਹੈ ਤੇ ਇਸ ਦੇ ਨਾਲ ਹੀ ਬਚਾਓ ਅਭਿਆਨ ਵੀ ਚਲਾਇਆ ਜਾ ਰਿਹਾ ਹੈ। ਭਾਰਤੀ ਸੁਰੱਖਿਆ ਏਜੰਸੀਆਂ ਨੂੰ ਵੱਡੀ ਕਾਮਯਾਬੀ, ਦਿੱਲੀ ਵਿੱਚ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਹੋਈ ਬੇਨਕਾਬ। ਭਾਰਤੀ ਸੁਰੱਖਿਆ ਏਜੰਸੀਆਂ ਨੇ ਆਪਣੀ ਦ੍ਰਿੜਤਾ ਤੇ ਤਾਕਤ ਨਾਲ ਇਸਲਾਮਿਕ ਸਟੇਟ ਅੱਤਵਾਦੀ ਗਰੁੱਪ ਦੀ ਇੱਕ ਵੱਡੀ ਸਾਜ਼ਿਸ਼ ਨੂੰ ਸਫਲ ਕੀਤਾ ਹੈ। ਇਸ ਦੇ ਅਧੀਨ ਅਫਗਾਨਿਸਤਾਨ ਦੇ ਹਮਲਾਵਰਾਂ ਵੱਲੋਂ ਦਿੱਲੀ ਨੂੰ ਦਹਿਲਾਉਣ ਦੀ ਸਾਜ਼ਿਸ਼ ਰਚੀ ਗਈ ਸੀ। ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਬਣਨ ਤੋਂ ਬਾਅਦ ਇਹ ਭਾਰਤ ਵਿੱਚ ਉਹਨਾਂ ਦੀ ਵੱਡੀ ਸਾਜ਼ਿਸ਼ ਸੀ, ਪਰ ਸਮਾਂ ਰਹਿੰਦਾ ਹੀ ਭਾਰਤੀ ਏਜੰਸੀਆਂ ਨੇ ਉਹਨਾਂ ਦੇ ਨਾਪਾਕ ਮਨਸੂਬਿਆਂ ਉੱਤੇ ਪਾਣੀ ਫੇਰ ਦਿੱਤਾ ਹੈ। ਇੱਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਿਸ਼ਾਨੇ ਤੇ ਆਇਆ ਜਰਮਨੀ, ਰੂਸ ਨੂੰ ਲੈ ਕੇ ਕੀਤਾ ਵੱਡਾ ਹਮਲਾ। ਜਰਮਨੀ ਅਤੇ ਅਮਰੀਕਾ 1 ਮਹੀਨੇ ਵਿੱਚ ਦੂਜੀ ਵਾਰ ਫਿਰ ਆਮਣੇ ਸਾਹਮਣੇ ਹੁੰਦੇ ਨਜ਼ਰ ਆ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਬ੍ਰਸਲਸ ਵਿੱਚ ਨਾਟੋ ਨੇਤਾਵਾਂ ਦੀ ਮੀਟਿੰਗ ਵਿੱਚ ਜਰਮਨੀ ਦੇ ਖਿਲਾਫ ਖੁੱਲ੍ਹ ਕੇ ਬਿਆਨ ਦਿੱਤਾ। ਟਰੰਪ ਨੇ ਕਿਹਾ ਕਿ ਇੱਕ ਪਾਸੇ ਤਾਂ ਅਸੀਂ ਤੁਹਾਡੀ ਰੂਸ ਅਤੇ ਬਾਕੀ ਦੇਸ਼ਾਂ ਤੋਂ ਰੱਖਿਆ ਕਰਦੇ ਹਾਂ, ਦੂਜੇ ਪਾਸੇ ਤੁਸੀਂ ਰੂਸ ਨੂੰ ਅਰਬਾਂ ਡਾਲਰ ਦਿੰਦੇ ਹੋ, ਜੋ ਸਰਾਸਰ ਗਲਤ ਹੈ। ਇਸ ਬਿਆਨ ਤੋਂ ਬਾਅਦ ਇੱਕ ਵਾਰ ਫਿਰ ਜਰਮਨੀ ਅਤੇ ਅਮਰੀਕਾ ਦੇ ਰਿਸ਼ਤਿਆਂ ਵਿੱਚ ਦਰਾਰ ਆਉਣੀ ਲਾਜ਼ਮੀ ਹੈ। ਇਹ ਸਨ ਅੱਜ ਦੀਆਂ ਟੌਪ 5 ਖਬਰਾਂ। ਹੋਰ ਨਾ ਤੇਜ਼ ਤਰਾਰ ਖਬਰਾਂ ਤੇ ਬ੍ਰੇਕਿੰਗ ਨਿਊਜ਼ ਲਈ ਜੁੜੇ ਰਹੋ ਕੈਨੇਡੀਅਨ ਮੀਡੀਆ ਦਾ ਐਨਆਰਆਈ ਟੀਵੀ ਦੇ ਨਾਲ।